اے اللہ، ہم تیری ہی عبادت کرتے ہیں اور تجھ سے مدد مانگتے ہیں۔ اب آج کی دنیا کے دوستو، السلام علیکم، میرے اینیمل ٹی وی تے خوش آمدید۔ میں تہاڈا میزبان محمد افضل تے تسی ویکھدے پئے ہو میرا اینیمل ٹی وی۔ میرا اینیمل ٹی وی لائک کرو، سبسکرائب کرو، شکریہ تے نال ہی لگے بیل آئیکن دا بٹن دباؤ تاکہ میری ہر نویں آن والی لیٹسٹ ویڈیو دوستاں میرا تک سب تو پہلے پہنچے۔ جناب میری دعائیں، میں امید کرنا میرے دوست ویر، میرے سبسکرائبر اور میرے اینیمل ٹی وی دے نال پیار کرن والے جتھے بھی وس رہے نے، خوش وس رہے نے، اللہ تعالیٰ دی ٹیر رحمت نازل ہو رہی ہیں۔ جناب آج دوستاں میرا دی خدمت دے وچ بڑا انمول تحفہ تے بڑا انمول ہیرا لے کے حاضر ہویا۔ اے جے تحفے، اے جیاں گاواں گھٹ ملدیاں نے تے گھٹ ہی ویکھیاں ہون گیاں۔ پیور چولستانی روئی کراس ریوڑ دی، جس طرح دوست ویر ڈیمانڈاں کردے نے، ڈیمانڈاں کردے نے، لیکن ڈیمانڈاں کدے پوریاں نہیں کر سکے۔ اج دوستاں میرا دیاں ڈیمانڈاں پوریاں کران گے، کیونکہ ڈیمانڈ دے مطابق اج دا جانور ہے پیور چولستانی روئی کراس ریوڑ دی گائے لینی۔ دوستاں نے گائے نظارے مجھ دے ہونگے، ساری چیزاں مجھ جڑیاں گائے دے وچ ہونگیاں۔ باقی پیور چولستانی روئی کراس ریوڑ دی گائے تازہ سوئی ہے، اج سوئی نو ہے جناب دوسرا دن، دوسرا دن سوئی نو حاضر موقع کنا دودھ دے کنا بول ہے لائیو چوائی کراواں گے جناب دوستاں میرا دے سامنے آ جائے گا بولے دے وچ۔ دوجا دن سوئی نو پیچھے جناب اندے بچہ ہے گائے ویکھن گے دوست ویر، دل راضی ہوے گا۔ اس تو پہلے دوستاں دسیدا ہے پنجاب دے 36 ضلع تک تے پنجاب دے 36 ضلع دے شہراں تک تے پنڈاں تک جتھے بھی دوست ویر بیٹھے نے میرے اینیمل ٹی وی دے نال پیار کردے نے، اللہ دے فضل دے نال انہاں دوستاں ویراں دے گھر، انہاں دوستاں ویراں دی دہلیز تک جانور آن لائن بھیجاں گے۔ باقی میرے اینیمل ٹی وی دا ایک نعرہ مشن ہے، ਘਰ ਦਾ ਦੁੱਧ ਘਰ ਦੀ ਚਾਹ ਲਾ ਫੈਂਟਾ ਤੇ ਪੀ ਚਾਹ। ਇਸ ਮਿਸ਼ਨ ਤੇ ਮੇਰਾ ਐਨੀਮਲ ਟੀਵੀ ਦਾ ਕਾਫਲਾ ਰਵਾਨਾ ਮੈਂ ਇਸੇ ਮਿਸ਼ਨ ਤੇ। ਅੱਜ ਦਾ ਤੋਹਫਾ, ਅੱਜ ਦਾ ਸੋਨਾ, ਸੋਨਾ ਹੀ ਹੈ ਤੇ ਸੁੱਚਾ ਤੇ ਖਰਾ ਸੋਨਾ ਹੈ। ਦਿਖਾਉਂਦੇ ਹਾਂ ਫਿਰ ਨਾਲ ਨਾਲ ਦੋਸਤਾਂ ਵੀਰਾਂ ਨੂੰ ਗੱਲਾਂ ਵੀ ਦੱਸਾਂਗੇ ਤੇ ਨਾਲ ਗਾਏ ਦਹਾਨੇ ਦਹਾਓ ਜੀ। ਲਓ ਜੀ ਦੋਸਤੋ, ਮਾਸ਼ਾਅੱਲਾ ਮਾਸ਼ਾਅੱਲਾ ਗਾਏ ਆ ਗਈ ਜਨਾਬ ਦੋਸਤਾਂ ਵੀਰਾਂ ਦੇ ਸਾਹਮਣੇ ਪਿਓਰ ਚੋਲਸਤਾਨੀ ਰੋਈ ਕਰਾਸ, ਪਿਓਰ ਚੋਲਸਤਾਨੀ ਰੋਈ ਕਰਾਸ ਰੇਵੜ ਦੀ ਗਾਏ ਜਨਾਬ। ਗੱਲਾਂ ਨਹੀਂ, ਅੱਲਾ ਦੇ ਫਜ਼ਲ ਦੇ ਨਾਲ ਦੋਸਤਾਂ ਵੀਰਾਂ ਨੂੰ ਪਤਾ ਹੈ ਮੇਰਾ ਐਨੀਮਲ ਟੀ ਵੀ ਗੱਲ ਹੀ ਉਹ ਕਰਦਾ ਜਿਹੜੀ ਗੱਲ ਦਾ ਵਜ਼ਨ ਹੋਵੇ। ਵਜ਼ਨ ਵਾਲੀ ਗੱਲ ਕਰੀ ਦੀ ਹੈ, ਪੂਰੀ ਗੱਲ ਕਰੀ ਦੀ ਹੈ, ਫਜ਼ੂਲ ਗੱਲ ਨਹੀਂ ਕਰੀ ਦੀ। ਬਾਕੀ ਜਨਾਬ ਦੋਸਤ ਵੀਰ, ਇਸ ਪਿਓਰ ਚੋਲਸਤਾਨੀ ਰੋਈ ਕਰਾਸ ਰੇਵੜ ਦੀ ਗਾਏ ਗਾਏ ਨੂੰ ਮਾਸ਼ਾਅੱਲਾ ਸਭ ਤੋਂ ਪਹਿਲੇ ਦੋਸਤ ਵੀਰ ਜਨਾਬ ਪ੍ਰਿੰਟ ਚੈੱਕ ਕਰ ਲੈਣ। ਲਾਜਵਾਬ ਪ੍ਰਿੰਟ ਹੈ ਜਨਾਬ, ਮੱਖੀ ਚੀਨਾ ਰੰਗ, ਲਾਲ ਰੰਗ ਦੇ ਵਿੱਚ ਸਫੈਦ ਦਾਣਾ ਹੈ, ਮੱਖੀ ਚੀਨਾ ਜਨਾਬ ਰੰਗ ਹੈ। ਮਾਸ਼ਾਅੱਲਾ ਗਾਏ ਨੂੰ ਖੂਨ ਪਿੱਤ ਪੂਰਾ, ਕੱਦ ਪੂਰਾ, ਲੰਬਾਈਆਂ ਪੂਰੀਆਂ, ਚੰਗਾ ਵੱਡਾ ਕੱਦ ਅਤੇ ਚੰਗੀਆਂ ਘਣੀਆਂ ਲੰਬਾਈਆਂ, ਲੰਬਾਈਆਂ ਲਾਹੌਰ ਤੋਂ ਦਿੱਲੀ ਜਾ ਰਹੀਆਂ ਨੇ। ਕੱਦ ਅੱਲਾ ਦੇ ਫਜ਼ਲ ਦੇ ਨਾਲ ਕੋਠੇ ਜਿੱਡਾ ਕੱਦ ਹੈ। ਔਰ ਜਿਹੜਾ ਗਾਏ ਨੂੰ ਵਜ਼ਨ ਹੈ, ਵਜ਼ਨ ਕਮ ਅਜ਼ ਕਮ 7 ਤੋਂ 8 ਮਣ, ਇਸ ਰੋਈ ਕਰਾਸ ਰੇਵੜ ਦੀ ਗਾਏ ਨੂੰ ਵਜ਼ਨ ਹੈ 7 ਤੋਂ 8 ਮਣ। ਦੋਸਤ ਵੀਰ ਜਨਾਬ ਪ੍ਰਿੰਟ ਵੇਖ ਲਿਆ, ਰੰਗ ਵੇਖ ਲਿਆ, ਕੱਦ ਵੇਖ ਲਿਆ, ਲੰਬਾਈਆਂ ਵੇਖ ਲਈਆਂ ਨੇ ਅਤੇ ਜਨਾਬ ਹੁਣ ਨਜ਼ਰ ਮਾਰਨ ਗਾਏ ਦੇ ਖੁਰਾਂ ਨੂੰ, ਖੁਰ ਦੇਖਣੇ ਨੇ ਅਤੇ ਕਿਆ ਬਾਤ ਹੈ ਮਾਸ਼ਾਅੱਲਾ, ਮੱਝਾਂ ਰੰਗੇ ਮੋਟੇ ਅਤੇ ਚੰਗੇ ਸੁੰਬਾਂ ਵਾਲੇ ਖੁਰ ਜਨਾਬ, ਸੋਹਣੇ ਲੱਤਾਂ ਮੋਟੀਆਂ, ਪੱਟ ਮੋਟਾ, ਪੇਟ ਕਸਵਾਂ, ਵੱਖੀ ਛੋਟੀ, ਕੰਡ ਦੀ ਪੱਧਰ ਪੁੱਠਾ, ਮੱਝ ਵਾਲਾ ਚੌੜਾ, ਚੰਗਾ ਪੁੱਠਾ ਰੱਖਦੀ ਜਿਸ ਤਰ੍ਹਾਂ ਮੱਝ ਨੂੰ ਪੁੱਠਾ ਹੁੰਦਾ ਹੈ।
ਗਾਏ ਪੁੱਠੇ ਦੀ ਐਡੀ ਚੌੜੀ ਹੈ ਜਨਾਬ ਕਿ ਜਿਸ ਤਰ੍ਹਾਂ ਉੱਪਰ ਚਾਰ ਪਾਈ ਤੁਸੀਂ ਰੱਖ ਸਕਦੇ ਜੀ। ਬਾਕੀ ਜਨਾਬ ਗਰਦਨ ਦੇ ਥੱਲੇ ਝਾਲਰ, ਝਾਲਰ ਨੂੰ ਮੱਖੀ ਜਿੰਨਾ ਰੰਗ, ਝਾਲਰ ਜ਼ਮੀਨ 'ਤੇ ਲੱਗਦੀ ਪਈ ਹੈ। ਫੇਸ ਕੁਆਲਿਟੀ ਸੋਹਣੀ, ਛੋਟੀ ਜਿਹੀ ਫੇਸ ਕੁਆਲਿਟੀ, ਸਿੰਘ ਸੋਹਣਾ, ਦੋ ਦੋ ਉਂਗਲ ਦਾ ਬਰੀਕ ਜਿੰਨਾ ਵੀ ਹੈ। ਅਤੇ ਗੱਲ ਕਰੀਏ ਜਨਾਬ ਪਿਓਰ ਚੋਲਸਤਾਨੀ ਰੋਈ ਕਰਾਸ ਰੇਵੜ ਦੀ, ਅਤੇ ਰੇਵੜ ਦੀ ਨਿਸ਼ਾਨੀ ਅਤੇ ਰੋਈ ਕਰਾਸ ਦੀ ਨਿਸ਼ਾਨੀ ਪੇਟ ਦੇ ਥੱਲੇ ਨਜ਼ਰ ਆ ਰਹੀ ਹੈ। ਨਾਫ ਧੁੰਨ ਧੁੰਨੀ ਨਾਫ ਨਜ਼ਰ ਆਉਂਦੀ ਪਈ ਹੈ ਜਨਾਬ। ਡੇਢ ਗਿੱਠ ਦਾ ਨਾਫ ਧੁੰਨ ਜਨਾਬ ਗਾਏ ਨੂੰ ਲੱਗਿਆ ਹੋਇਆ ਜਿਹੜਾ ਜ਼ਮੀਨ 'ਤੇ ਲੱਗਦਾ ਪਿਆ। ਇਹ ਜਨਾਬ ਸਭ ਤੋਂ ਵੱਡੀ ਗੱਲ ਹੈ, ਸਭ ਤੋਂ ਵੱਡੀ ਨਿਸ਼ਾਨੀ ਹੈ ਪਿਓਰ ਚੋਰਸਤਾਨੀ ਰੋਈ ਅਤੇ ਰੇਵੜ ਦੀ ਕਰਾਸ ਗਾਏ। ਬਾਕੀ ਜਨਾਬ ਗੱਲਾਂ ਕਰੀਏ ਖੂਬਸੂਰਤੀ ਦੀਆਂ, ਅਤੇ ਦੋਸਤਾਂ ਵੀਰਾਂ ਨੇ ਨਾਸ ਤੋਂ ਲੈ ਕੇ ਪੁਸ਼ਲ ਤੱਕ ਨਜ਼ਰ ਮਾਰਨੀ, ਪੈਰਾਂ ਤੋਂ ਲੈ ਕੇ ਕੰਢ ਤੱਕ ਨਜ਼ਰ ਮਾਰਨੀ ਹੈ। ਅਤੇ ਮਾਸ਼ਾਅੱਲਾ ਰੇਸ਼ਮੀ ਜਿਸਮ, ਬਰੀਕ ਚਮੜੀ ਦੀ ਮਲਮਲ ਦਾ ਜਿਸਮ ਰੱਖਦੀ ਹੈ, ਬਿਲਕੁਲ ਜਨਾਬ ਸਾਫ ਸੁਥਰਾ ਅਤੇ ਸੋਹਣਾ ਜਿਸਮ ਹੈ ਮਾਸ਼ਾਅੱਲਾ। ਗਾਏ ਦੀ ਜਨਾਬ ਖੱਬੀ ਸਾਈਡ ਹੈ, ਕਰੀਏ ਗੱਲ ਲਬਾਸਵਾਨੇ ਦੀ, ਅਤੇ ਥਣ ਲੱਖਾਂ ਰੁਪਈਆਂ ਦਾ, ਇੱਕ ਇੱਕ ਲੱਖ ਲੱਖ ਰੁਪਏ ਦਾ ਥਣ, ਅਤੇ ਜਨਾਬ ਲਬਾਸਵਾਨਾ ਚਾਰ ਮਸ਼ਕਾਂ ਵਾਲਾ ਲਬਾਸਵਾਨਾ, ਅੱਜ ਦਾ ਤੋਹਫ਼ਾ ਅੱਲਾ ਦੇ ਫਜ਼ਲ ਦੇ ਨਾਲ। ਢੇਰ ਸਾਰੇ ਦੋਸਤ ਵੀ ਨਾਰਾਜ਼ ਹੋਣਗੇ, ਰਾਜ਼ੀ ਹੋਵੇਗਾ ਇੱਕ ਜਿਹਨੇ ਲੈਣ ਲਈ। ਗਾਏ ਦੀ ਦੂਸਰੀ ਸਾਈਡ ਦਿਖਾਓ, ਇਹ ਗਾਏ ਦੀ ਦੋਸਤ ਵੀਰ ਵੇਖਦੇ ਪਏ ਨੇ, ਖੱਬੀ ਸਾਈਡ ਲੈਫਟ ਸਾਈਡ ਦਿਖਾਵਾਂਗੇ ਗਾਏ ਦੀ ਸੱਜੀ ਸਾਈਡ। ਬੱਚਾ ਵੀ ਖੋਲ ਲੈ ਅੱਗੇ ਕਰ ਲੈ, ਇੱਧਰੋਂ ਦੀ ਮੋੜ ਕੇ ਅੱਗੇ ਕਰ, ਚੱਲ ਪਰਾਂ ਨੂੰ ਕਰ, ਚੱਲ ਪਰਾਂ ਕਰ ਲੈ, ਸੱਜੇ ਪਾਸੇ ਕਰ ਲੈ, ਬੱਚੇ ਨੂੰ 2000 ਚੱਕ ਕੇ ਅੱਗੇ ਕਰ ਦੇ, ਬਸ ਇੱਥੇ ਰੋਕ ਲੈ, ਮੱਕੜਾ ਇੱਥੇ ਰੋਕ ਲੈ, ਇੱਥੇ ਰੋਕ ਲੈ। ਕਿਆ ਬਾਤ ਹੈ ਮਾਸ਼ਾਅੱਲਾ ਜਨਾਬ, ਗਾਏ ਦੀ ਦੂਸਰੀ ਸਾਈਡ, ਗਾਏ ਦੀ ਦੂਸਰੀ ਸਾਈਡ ਜਨਾਬ। ਇਹ ਯਾਰ ਬੱਚਾ ਟੋਰੇਗਾ ਤਾਂ ਗਾਏ ਟੁਰੇਗੀ ਨਾ, ਬਸ ਇੰਨੀ ਗੱਲ ਹੈ, ਰੋਕ ਲਓ ਇੱਥੇ, ਇੱਥੇ ਰੋਕ ਲਓ। ਮਾਸ਼ਾਅੱਲਾ ਗਾਏ ਦੀ ਦੂਸਰੀ ਸਾਈਡ ਵੀ, ਯਾਰ ਬੱਚਾ ਨਾਲ ਲੱਗ ਜਾ ਯਾਰ, ਪਹਿਲੀ ਵਾਰੀ ਵੀਡੀਓ ਬਣਦੀ ਪਈ, ਬੱਚੇ ਨੂੰ ਛਿੱਕ ਕੇ ਅੱਗੇ ਹੱਥ ਲਾ ਕੇ ਅੱਗੇ ਕਰੀਦਾ ਹੁੰਦਾ, ਬਸ ਤੁਸੀਂ ਰੱਸੇ ਤੋਂ ਖਿੱਚਦੇ ਜੇ, ਰੋਕ ਲਓ ਇੱਥੇ। ਇਹ ਜਨਾਬ ਗਾਏ ਦੀ ਦੂਸਰੀ ਸਾਈਡ ਹੈ, ਦੋਨਾਂ ਸਾਈਡਾਂ ਤੋਂ ਕਮਾਲ ਦਾ ਪ੍ਰਿੰਟ ਰੱਖਦੀ ਹੈ, ਇੱਕ ਤਸਵੀਰ ਅਤੇ ਇੱਕ ਪ੍ਰਿੰਟ ਦੀ ਮਾਲਕ। ਮਾਸ਼ਾਅੱਲਾ ਜਿਸਮ ਪੂਰਾ, ਖੂਨ ਪਿੱਤ ਪੂਰਾ, ਅਤੇ ਲਬਾਸਵਾਨਾ ਪਿੱਛੋਂ ਵੀ ਦਿਖਾਉਂਦੀ ਹੈ, ਜਿਸ ਤਰ੍ਹਾਂ ਸ਼ੌਕੀਨ ਜਾਨਵਰਾਂ ਨੂੰ ਹੁੰਦਾ ਥਣ, ਚੰਗੀਆਂ ਸੋਹਣੀਆਂ ਵੰਡਾਂ ਵਿਰਲਾਂ 'ਤੇ ਜਨਾਬ ਜਿਸ ਤਰ੍ਹਾਂ ਪੀੜ੍ਹੀ ਦੇ ਪਾਵੇ ਨੇ, ਔਰ ਥਣ ਮੱਝ ਵਾਲਾ ਚੰਗਾ ਪਾਵਰ ਵਾਲਾ, ਅਤੇ ਕਾਲਾ ਬਲੈਕ ਥਣ, ਜਿਹੜਾ ਬਲੈਕ ਥਣ ਚੋਲਸਤਾਨ ਦਾ ਪਾਵਰ ਵਾਲਾ, ਇਹ ਵੀ ਚੋਲਸਤਾਨੀ ਰੋਈ ਰੇਵੜ ਕਰਾਸ ਦੀ ਨਿਸ਼ਾਨੀ ਹੈ ਜਨਾਬ। ਬਾਕੀ ਜਨਾਬ ਹੁਣ ਗਾਏ ਟੋਰ ਕੇ ਦਿਖਾਵਾਂਗੇ, ਚੁਆਈ ਕਰਾਵਾਂਗੇ, ਕਿੰਨਾ ਹਾਜ਼ਰ ਮੌਕੇ ਬੋਲਿਆ ਦੋਸਤਾਂ ਵੀਰਾਂ ਜਨਾਬ ਸਾਹਮਣੇ ਆ ਜਾਏਗਾ। ਟੋਰੋ ਜੀ, ਲੰਬੀ ਟੋਰੋ, ਲਬਾਸਵਾਨਾ ਪਿੱਛੋਂ ਵੀ ਲੱਤਾਂ ਤੋਂ ਬਾਹਰ ਦਿਖਾਵੇਗੀ ਪੱਟਾਂ ਤੋਂ, ਅਤੇ ਜਨਾਬ ਅੱਗੋਂ ਵੀ ਦਿਖਾਵੇਗੀ। ਇੱਧਰ ਲਿਆਓ ਜੀ, ਲਿਆਓ ਜੀ, ਲਿਆਓ ਅੱਗੇ, ਲੈ ਚਲੋ, ਲੈ ਚਲੋ ਅੱਗੇ, ਲੈ ਚਲੋ, ਲੈ ਚਲੋ, ਲੈ ਚਲੋ, ਲੈ ਚਲੋ, ਲੈ ਚਲੋ ਪੁੱਤਰ, ਲੈ ਚਲ ਅੱਗੇ, ਲੈ ਚੱਲ, ਬੱਚਾ ਚੱਕ ਲਈ ਜਾਂਦਾ ਯਾਰ, ਬੱਚਾ ਚੱਕ ਲਓ, ਸੁਹਾਗ ਗਾਂ ਤੂੰ ਪਕੜ ਲੈ ਬੱਚਾ, ਬਾਈ ਇੱਥੇ ਗਾਂ ਉਸੇ ਵੇਲੇ ਸੋਹਣਾ ਟੁਰ ਕੇ ਟੁਰੇਗੀ, ਕਿਉਂਕਿ ਗਾਂ ਅਸੀਂ ਲੰਬੀ ਟੋਰ ਰਹੀ, ਅਸੀਂ ਲੰਬੀ ਟੋਰ ਕੇ ਵਹਾ ਦੋਸਤਾਂ ਵੀਰਾਂ ਨੂੰ, ਟੋਰਾਂ ਵਹਾ ਦਈਏ ਗਾਂ ਦੀਆਂ, ਦੋਸਤਾਂ ਵੀਰਾਂ ਦੀ ਤਸੱਲੀ ਹੋ ਜਾਵੇ। ਇੱਧਰ ਅਸੀਂ ਲੰਬੀ ਟੋਰ, ਅਸੀਂ ਲੰਬੀ ਟੋਰ, ਇਹ ਵੇਖਣੀ ਦੋਸਤਾਂ ਵੀਰਾਂ ਨੇ ਹਰਨੀ ਦੀ ਚਾਲ, ਵਾਪਸ ਲਿਆ, ਇਵੇਂ ਚੱਕਰ ਕਢਾ ਦਿਓ ਤਿੰਨ, ਹਰਨੀ ਦੀ ਚਾਲ ਹੈ ਮਾਸ਼ਾਅੱਲਾ, ਸੋਹਣਾ ਕੱਦ ਅਤੇ ਸੋਹਣੀਆਂ ਲੰਬਾਈਆਂ। ਲਬਾਸਵਾਨਾ ਸੁਬਾਨ ਤੇਰੀ ਕੁਦਰਤ, ਅੱਲਾ ਨਜ਼ਰੇ ਬਦ ਤੋਂ ਬਚਾਵੇ,
ਲਬਾਸ ਬਣਾ ਦੇਖਣਾ ਤੇ ਚਾਰ ਮਸ਼ਕਾਂ ਨੇ, ਮੇਲਾ ਜਿੱਤਣ ਵਾਲੀ ਤੇ ਮੇਲਾ ਲਾਉਣ ਵਾਲੀ, ਤੇ ਜਿਸ ਪਿੰਡ 'ਚ ਖੜੀ ਹੋਈ ਪੂਰਾ ਪਿੰਡ ਵੇਖਣ ਆਵੇਗਾ, ਤੇ ਜਿਹੜੇ ਦੋਸਤ ਵੀਰ ਨੇ ਲੈ ਲਈ ਅੱਲਾਹ ਦੇ ਫਜ਼ਲ ਦੇ ਨਾਲ, ਉਸ ਬੰਦੇ ਦੀ ਪੱਗ ਤੇ ਉਸ ਬੰਦੇ ਦਾ ਸਿਰ ਉੱਚਾ ਕਰੇਗੀ ਅੱਲਾਹ ਦੇ ਫਜ਼ਲ ਦੇ ਨਾਲ। ਆਰਾਮ ਨਾਲ ਦਹਾਣੀ ਬਈ, ਹੁਣ ਦਹਾਈਏ ਲਬਾਸ ਬਣਾ, ਤੇ ਆਹ ਲਬਾਸ ਬਣਾ ਵੇਖਣਾ ਅੱਲਾਹ ਤਾਲਾ ਨੇ ਬੜੇ ਪਾਗ ਨਸੀਬ ਲਾਏ ਨੇ ਜਨਾਬ ਗਾਏ ਨੂੰ, ਪੂਰੀ ਸ਼ੌਕੀਨ ਜਨਾਬ। ਟੋਰੋ ਜੀ ਟੋਰੋ ਟੋਰੋ ਟੋਰੋ, ਇੱਧਰ ਲਿਆ ਵਾਪਸ, ਇੱਧਰ ਵਾਪਸ ਲਿਆ। ਇਹ ਜਨਾਬ ਲਬਾਸ ਬਣਾ ਹੈ, ਪਿੱਛੋਂ ਵੀ ਦਿਖਾਵੇਗੀ ਪੱਟਾਂ ਤੋਂ ਬਾਹਰ ਤੇ ਅੱਗੇ ਵੀ ਦਿਖਾਵੇਗੀ, ਜਿੱਡੀ ਪੇਟੀ ਚੋੜੀ ਓਡਾ ਹੀ ਲਬਾਸ ਬਣਾ ਚੋੜਾ। ਮਾਸ਼ਾਅੱਲਾ, ਲੈ ਚਲੋ ਜੀ, ਸੁਬਾਨ ਤੇਰੀ ਕੁਦਰਤ। ਇਹ ਜੇ ਤੋਹਫੇ ਨਾ ਕਿਸੇ ਨੇ ਦਿਖਾਏ ਹੋਣਗੇ ਤੇ ਨਾ ਕਿਸੇ ਨੇ ਵੇਖੇ ਹੋਣਗੇ। ਕਦੇ ਕਦੇ ਆਉਂਦਾ ਜਨਾਬ ਐਸਾ ਤੋਹਫਾ, ਇਹ ਜਿਹਾ ਜਾਨਵਰ। ਅਲਹਮਦੁਲਿਲਾ, ਪੰਜਾਬ ਦੀ ਸ਼ਾਨ ਤੇ ਪੰਜਾਬ ਦੀ ਆਨ, ਪਿਓਰ ਚੋਲਸਤਾਨੀ ਰੋਈ ਰੇਵੜ ਦੀ। ਬੱਚਾ ਲਾਓ ਜੀ, ਬੱਚਾ ਲਾਓ। ਲਓ ਜੀ ਦੋਸਤੋ, ਸ਼ੌਕ ਪੂਰੇ ਕਰਵਾ ਤੇ ਨੇ ਦੋਸਤਾਂ ਵੀਰਾਂ ਦੇ, ਲੈਣਾ ਦੇਣਾ ਮੁਕੱਦਰ, ਸੌਦੇ ਹੋਣਗੇ ਨਸੀਬਾਂ ਦੇ। ਮਾਸ਼ਾਅੱਲਾ, ਪੂਰੀਆਂ ਸੀਲਤਾਂ ਸ਼ਰਾਫਤਾਂ ਵਾਲੀ, ਘਰ ਚੋਣ ਪੀਣ ਨੂੰ ਸੋਨੇ ਰੰਗੀ, ਤਸੱਲੀ ਬਖਸ਼, ਪੂਰੀ ਗਾਏ ਦਾ ਵਿਊ ਦੋਸਤਾਂ ਵੀਰਾਂ ਦੇ ਜਨਾਬ ਸਾਹਮਣੇ। ਬਾਈ ਵੰਗਾ ਪਾ, ਵੰਗਾ ਪਾ ਬਾਈ, ਵੰਗਾ ਪਾ, ਵੰਗਾ ਪਾਓ ਜਾਂ ਨਾ ਪਾਓ, ਆਪਣੀ ਮਰਜ਼ੀ ਹੈ। ਕਿਆ ਬਾਤ ਹੈ, ਅੱਜ ਤਾਂ ਮੇਰੇ ਬਾਈ ਇਫਤਖਾਰ ਦਾ ਸੂਟ ਵੀ ਚਮਕਾ ਮਾਰੀ ਜਾਂਦਾ ਬਾਈ। ਅੱਜ ਤੇਰਾ ਸੂਟ ਬਣਦਾ ਸੀ ਚਿੱਟਾ, ਕਿਉਂਕਿ ਗਾਂ ਚਿੱਟੇ ਸੂਟ ਵਾਲੀ ਲਿਆਂਦੀ। ਕਿਆ ਬਾਤ ਹੈ, ਕੋਈ ਮੇਰੀ ਭੈਣ ਚੋਵੇ, ਮਾਂ ਚੋਵੇ, ਕਿਆ ਬਾਤ ਹੈ, ਕੋਈ ਚੋਵੇ, ਕਿਆ ਬਾਤ ਹੈ, ਬਾਲ ਚੋਵੇ 10 ਸਾਲ ਤੋਂ ਪਹਿਲਾਂ, ਕਿਆ ਬਾਤ ਹੈ, ਕਿਆ ਬਾਤ ਹੈ। ਅੱਜ ਤੂੰ ਸ਼ਹਿਜ਼ਾਦਾ ਲੱਗਿਆ ਬਈ, ਅੱਜ ਤੂੰ ਮੇਲਾ ਜਿੱਤ ਲਿਆ, ਅੱਲਾ ਦੇ ਹੁਕਮ ਨਾਲ ਅੱਜ ਮੇਲਾ ਇਫਤਖਾਰ ਨੇ ਜਿੱਤ ਲਿਆ, ਜਿੱਤ ਗਿਆ ਬਾਈ, ਅਫਜ਼ਲ ਪੈਸੇ ਖੜੇ ਦੇ ਤੇ ਇਹਨਾਂ ਮਾਲ ਵੀ ਖੜਾ ਲੈ। ਕਿਆ ਬਾਤ, ਕਿਆ ਬਾਤ ਹੈ, ਪਸਮਾਗ ਰਾਤ ਪਿੱਛੇ ਹੋ ਜਾ ਫਿਰ, ਇਹਦੀ ਚਵਾਈਆਂ ਵੇਖੀਏ। ਅੱਜ ਵੰਗਾ ਵੀ ਪਾਇਆ ਹੋਇਆ ਤੇ ਫਿਰ ਵੀ ਪੱਟਾਂ ਤੋਂ ਬਾਹਰ, ਜਿੱਡਾ ਜਿੱਡੀ ਪੇਟੀ ਚੋੜੀ ਓਡਾ ਹੀ ਲਬਾਸ ਬਣਨਾ ਚੋੜਾ। ਮਾਸ਼ਾਅੱਲਾ, ਅੱਲਾ ਨਜ਼ਰੇ ਬਾਦ ਤੋਂ ਬਚਾਵੇ। ਇਹ ਜਨਾਬ ਥਣਾਂ ਦੀਆਂ ਵੰਡਾਂ ਵਿਰਲਾ ਵੇਖਣੀਆਂ ਨੇ ਦੋਸਤਾਂ ਮੇਰਾ ਨੇ, ਲੈਣੀ ਗਾਂ ਨਜ਼ਾਰੇ ਮੱਝ ਦੇ, ਥਣ ਵੇਖਣਾ ਮੱਝਾ, ਮੱਝਾ ਥਣ, ਪਿਓਰ ਚੋਰਸਤਾਨੀ ਰੋਈ ਰੇਵੜ ਦੀ ਨਿਸ਼ਾਨੀ 100%। ਹਾਂਜੀ, ਤਾਰਾ ਮਾਰ ਇੱਧਰੋਂ, ਮੈਂ ਦਿਖਾ ਲੈਣ ਦੇ ਇੱਕ ਥਣ ਦੀ ਧਾਰ ਮਾਰ ਕੇ ਤਸੱਲੀ ਕਰਾ। ਇਹ ਜਨਾਬ ਬਹਿਣੀ ਵਾਲਾ ਥਣ ਨੰਬਰ 1, ਥਣ ਨੰਬਰ 2, ਮਾਸ਼ਾਅੱਲਾ ਚੰਗਾ ਮੋਟਾ ਚਵਾ, ਥਣ ਨੰਬਰ 3 ਚੰਗਾ ਮੋਟਾ ਚਵਾ, ਸੁਬਾਨ ਤੇਰੀ ਕੁਦਰਤ, ਥਣ ਨੰਬਰ 4 ਚੰਗਾ ਚਵਾ। ਲਓ ਜੀ ਚਵਾਈ ਕਰੋ ਜੀ, ਚਵਾਈ ਕਰੋ। ਇਹ ਜਨਾਬ ਪੂਰੀ ਗਾਏ ਦਾ ਵਿਊ ਚੈੱਕ ਕਰਨਾ, ਚਵਾਈ ਹੋ ਰਹੀ ਹੈ। ਦੋਸਤ ਵੀਰ ਜਿਹੜਾ ਲੈ ਜਾਏਗਾ ਅੱਲਾ ਦੇ ਫਜ਼ਲ ਦੇ ਨਾਲ ਦੁਆਵਾਂ ਦੇਗਾ, ਲੈਣੀ ਉਸ ਦੋਸਤ ਵੀਰ ਨੇ ਗਾਂ, ਨਜ਼ਾਰੇ ਮੱਝ ਦੇ ਹੋਣਗੇ ਤੇ ਦੁੱਧ ਵੀ ਹੋਵੇਗਾ ਵਾਈਟ ਸਫੈਦ, ਤੇ ਮੱਝਾ ਦੁੱਧ ਹੋਵੇਗਾ, ਦੁੱਧ ਮਿੱਠਾ ਤੇ ਗਾੜਾ, ਮੱਖਣ ਜਿੰਨਾ ਮਰਜ਼ੀ ਕੱਢਣਾ। ਵੀਹ ਫੁੱਟ ਤੋਂ ਵੀ ਧਾਰ ਗਾਏ ਦੀ ਨਜ਼ਰ ਆਉਂਦੀ ਪਈ, ਅਲਹਮਦੁਲਿਲਾ।
ਨਰਮ ਚੋ ਆਏ ਬਈ? ਅੱਛਾ ਮਾਸ਼ਾਅੱਲਾ, ਥਾਣੀ ਬੜਾ ਲਾਜਵਾਬ ਲੱਗਿਆ ਹੈਗਾ ਇਹਨੂੰ, ਬੜਾ ਲਾਜਵਾਬ ਥਾਣ ਲੱਗਿਆ ਹੈ। ਬੜੀ ਸਿਫਾਰਸ਼ਾਂ ਨਾਲ ਲਈ, ਆਪਾਂ ਸਿਫਾਰਸ਼ਾਂ ਨਾਲ ਹੀ ਗਾਂ ਦੇਣੀ, ਸਿਫਾਰਸ਼ਾਂ ਨਾਲ ਹੀ ਗਾਂ ਦੇਣੀ, ਬੇਫਿਕਰ ਹੋ ਜਾ, ਦਿਆਂਗੇ ਸ਼ੌਕੀਨ ਦੋਸਤ ਨੂੰ ਜਿਹੜਾ ਇਹਦਾ ਖਾਣਾ ਵੀ ਅੱਛਾ ਰੱਖੇ, ਇਹਦੀ ਕੇਅਰ ਵੀ ਕਰੇ, ਇਹਦਾ ਖਿਆਲ ਵੀ ਰੱਖੇ। ਹਾਂਜੀ ਮਾਸ਼ਾਅੱਲਾ ਜੀ ਮਾਸ਼ਾਅੱਲਾ, ਅੱਧੀ ਬਾਲਟੀ ਹੋ ਗਈ ਹੈ, ਅਗਾੜੀ ਪਿਛਾੜੀ ਦੀ ਚਵਾਈ ਹੋ ਰਹੀ ਹੈ, ਮਾਸ਼ਾਅੱਲਾ। ਕਿਆ ਬਾਤ ਹੈ ਜਨਾਬ, ਕਿਆ ਬਾਤ ਹੈ, ਚੋਵਣ ਦਾ ਕਮਾਲ ਦਾ, ਚੋਵਣ ਕਮਾਲ ਦਾ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ, ਚੋਵਣ ਕਮਾਲ ਦਾ, ਅਤੇ ਗਾਏ ਨੂੰ ਨਸਲ ਜ਼ਾਤ ਵੀ ਕਮਾਲ ਦੀ, ਇਹਦੇ 'ਚ ਵੀ ਸ਼ੱਕ ਕੋਈ ਨਹੀਂ। ਪਿੱਛੇ ਜਨਾਬ ਦੋਸਤੋ ਵੱਛਾ, ਵੱਛਾ ਦਿਖਾਵਾਂਗੇ ਫਿਰ ਤਸੱਲੀ ਨਾਲ, ਯਾਦ ਨਹੀਂ ਰਿਹਾ ਵੱਛਾ ਦਿਖਾਉਣਾ, ਅਤੇ ਵੱਛਾ ਦਿਖਾਵਾਂਗੇ ਬਾਅਦ ਦੇ ਵਿੱਚ, ਦਿਖਾ ਦਿੰਦੇ ਹਾਂ ਦੋਸਤਾਂ ਵੀਰਾਂ ਨੂੰ। ਪਿੱਛੇ ਜਨਾਬ ਵੱਛਾ, ਪਿੱਛੇ ਵੱਛੜਾ, ਬਾਲਟਾ ਭਰ ਕੇ ਉੱਠਣਾ ਹੈ। ਅੱਜ ਦੂਸਰਾ ਦਿਨ ਹੈ ਜਨਾਬ, ਸੂਈ ਨੂੰ ਚਵਾਈ ਬਣਦੀ ਜਨਾਬ, ਚਵਾਈ ਨੰਬਰ 3, ਇਸੇ ਤਰ੍ਹਾਂ ਹੀ ਤੀਸਰੀ ਚਵਾਈ, ਤੀਸਰੀ ਚਵਾਈ ਦੋਸਤੋ, ਚਵਾਈ ਨੰਬਰ 3, ਚਵਾਈ ਨੰਬਰ 3 ਬੋਲੇ ਦੇ ਵਿੱਚ ਦੂਸਰਾ ਦਿਨ ਜਨਾਬ ਸੂਈ ਨੂੰ। ਚੰਗਾ ਮੋਟਾ ਚਵਾ ਜਨਾਬ, ਚੰਗਾ ਮੋਟਾ, ਦੂਸਰਾ ਵਾਰਾ ਸੂਈਏ, ਦੂਜਣ ਵਹਿੜੀਏ ਜਨਾਬ, ਦੂਸਰਾ ਵਾਰਾ। ਬਾਲਟੀ ਮਾਸ਼ਾਅੱਲਾ ਭਰੀ ਗਈ ਹੈ ਜਨਾਬ, ਇਹ ਦੋਸਤ ਵੀਰ ਤਸੱਲੀ ਕਰ ਲੈਣ। ਬਾਲਟੀ 8 ਲੀਟਰ ਦੀ, 9 ਲੀਟਰ ਦੀ, ਕਿੰਨੇ ਲੀਟਰ ਹੈ? 9 ਲੀਟਰ ਦੀ ਜਨਾਬ ਬਾਲਟੀ ਹੈ। ਬੱਚੇ ਵਾਸਤੇ ਦੋ ਛੱਡ ਦੀ, ਛੱਡ ਦੇ ਬੱਚੇ ਵਾਸਤੇ, ਬੱਚੇ ਨੂੰ ਛੱਡ ਦੇ, ਦੁੱਧ ਲੈ ਆਉਣਾ, ਲੈ ਆ ਇੱਥੇ। ਲਓ ਜੀ ਦੋਸਤੋ, ਬਾਲਟਾ ਭਰਿਆ ਗਿਆ ਜਨਾਬ। ਭਾਈ ਇਫਤਖਾਰ, ਇਹ ਦੱਸ ਵੀ ਬਾਲਟੀ ਕਿੰਨੇ ਕਿਲੋ ਦੀ? ਆਪਣੀ ਜ਼ੁਬਾਨੀ ਦੱਸ, ਇੱਥੇ ਖੜਾ ਹੀ ਦੱਸ ਦੇ, ਇੱਥੇ ਖੜਾ ਦੱਸ, ਪੱਕੀ ਗੱਲ ਦੱਸ, 9 ਲੀਟਰ ਦੀ? 9 ਲੀਟਰ ਇਨਸ਼ਾਅੱਲਾ ਪੱਕੀ। ਓਕੇ ਚਲੋ, ਇਹ 9 ਵੀ ਨਾ ਲਾਓ, ਇਹ ਠੰਡਾ 8 ਲੀਟਰ ਲਾਓ, ਠੰਡਾ 8 ਲਾ ਲਓ, ਠੰਡਾ 8 ਲਾ ਲਓ, ਫਿਰ ਵੀ ਤੀਸਰੀ ਚਵਾਈ ਬੋਲੇ ਦੇ ਵਿੱਚ
ਇਹਨੇ ਅਜੇ ਘੰਟੇ ਘੰਟੇ ਨਾਲ ਵਧਣਾ ਤੇ ਦਿਨ ਦਿਨ ਨਾਲ ਵਧਣਾ, ਐਵੇਂ ਗੱਲ ਹੈ? ਕਿਆ ਬਾਤ ਹੈ ਜਨਾਬ, ਕਿਆ ਬਾਤ ਹੈ? ਇਹ ਜਨਾਬ ਪਿੱਛੇ ਬੱਛਾ, ਪਿੱਛੇ ਬੱਛੜਾ, ਪਿੱਛੇ ਬੱਛਾ ਜਨਾਬ। ਦੋਸਤ ਵੀਰ ਤਸੱਲੀ ਕਰ ਲੈਣ, ਪਹਿਲੇ ਨਹੀਂ ਦਿਖਾਇਆ ਸੀ, ਪਿੱਛੇ ਜਨਾਬ ਬੱਛਾ। ਹੁਣ ਕਰਾਂਗੇ ਜਨਾਬ ਮਾਲਕ ਦੇ ਨਾਲ ਗੱਲਾਂ। ਮਾਸ਼ਾਅੱਲਾ ਮੇਰਾ ਦਿਲ ਰਾਜ਼ੀ ਹੋ ਗਿਆ, ਤੇ ਦੋਸਤਾਂ ਮੇਰਾ ਵੀ ਦਿਲ ਰਾਜ਼ੀ ਹੋਵੇਗਾ, ਇਨਸ਼ਾਅੱਲਾ ਹੋਵੇਗਾ, ਇਨਸ਼ਾਅੱਲਾ ਹੋਵੇ। ਤੇ ਜਿਹੜਾ ਲੈ ਗਿਆ ਅੱਲਾ ਦੇ ਹੁਕਮ ਨਾਲ, ਉਹਦੇ ਗੁਆਂਢੀ ਵੀ ਆ ਤੇ ਵੇਖਣ। ਅੱਛਾ, ਤੇ ਬਿਮਾਰ ਖਾਨਾ ਦੇਣ ਤੇ ਮੈਂ ਗਾਵਾਂ ਪੁਤਲਾ। ਕਿਆ ਬਾਤ ਹੈ, ਅੱਲਾ ਦੇ ਮੈਂ ਜੀ। ਅੱਛਾ, ਇਫਤਖਾਰ ਇਹ ਦੱਸ ਦੇ, ਗਾਏ ਦੀ ਮੈਂ ਤਸੱਲੀ ਕਰਵਾਤੀ ਹੈ, ਬਾਲਟੀ ਆਪਣੀ ਦੁਆ ਨੇ 9 ਲੀਟਰ ਦੀ ਹੈ, ਆਪਾਂ 8 ਲੀਟਰ ਗਿਣ ਲੈਂਦੇ ਹਾਂ, ਤੀਸਰੀ ਚੁਆਈ ਤੇ ਦੁੱਧ ਬਣਦਾ 16 ਲੀਟਰ। ਉਹ ਵੇਖ ਲਓ ਬੱਚਾ, ਉਹ ਪਰਲਾ ਥਾਂ ਦੋ ਚੁੰਮੀ ਗਲਾ ਹੈ, ਪਰਲਾ ਥਾਂ ਇਹ ਲੋਟਾ ਬਣਿਆ ਗਲਾ ਹੈ। ਕੋਈ ਗੱਲ, 2 ਕਿਲੋ ਬੱਚੇ ਨੂੰ ਦੁੱਧ ਛੱਡਿਆ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਇਹ ਦੱਸ ਤੀਸਰੀ ਚੁਆਈ ਬੋਲੇ ਦੇ ਵਿੱਚ ਇਹ ਦੁੱਧ ਬਾਲਟੀ ਭਰੀ ਗਈ। ਅੱਛਾ, ਸਫੈਦ ਦੁੱਧ, ਸਫੈਦ ਆ ਦੁੱਧ ਸਾਵੇਂ, ਮੱਝ ਰੰਗਾ ਦੁੱਧ, ਮੱਝ ਰੰਗਾ ਤੇ ਚਿੱਟਾ ਸਫੈਦ ਉਹਨਾਂ। ਉਹ ਦੋਸਤਾਂ ਦੱਸ, ਤੀਜੀ ਚੁਆਈ ਦੇ ਵਿੱਚ ਚਿੱਟਾ ਦੁੱਧ ਗਾ ਐਵੇਂ ਕਰੇ ਅੱਲਾ ਦੇ ਹੁਕਮ ਨਾਲ, ਮੈਂ ਦੁੱਧ ਮਿੱਠਾ, ਦੁੱਧ ਮਿੱਠਾ, ਮਿੱਠਾ ਗਾੜਾ, ਗਾੜਾ ਠੀਕ ਹੋ ਗਿਆ। ਅੱਛਾ, ਇਹ ਹਿਸਾਬ ਨਾਲ ਬਣਦਾ 16 ਲੀਟਰ ਜੀ। ਗਾਏ ਦੂਜਾ ਸੂਆ ਸੂਈ, ਦੂਜਾ ਜਨਮ ਜਨਮ ਜਨਮ, ਪਹਿਲੇ ਸੂਏ ਦਾ ਕੀ ਰਿਕਾਰਡ ਰਿਹਾ? 16 ਲੀਟਰ ਦੁੱਧ ਦਿੰਦੇ ਪਹਿਲੇ ਸੂਏ, 15 ਤੋਂ 16 ਲੀਟਰ ਬਾਅਦ ਦੁੱਧ ਦਿੰਦੇ ਜੀ। ਤੇ ਹੁਣ ਦੂਸਰਾ ਸੂਆ, ਦੂਸਰਾ ਤੇ ਇਨਸ਼ਾਅੱਲਾ ਅੱਲਾ ਨੇ ਚਾਹਿਆ ਤੇ ਸਾਈਂ ਖੁਰਾਕ ਦੇਵੇ ਮੇਰੀ ਬਹਿਣ ਨੂੰ 8ਵੇਂ ਦਿਨ 18 ਤੋਂ 20 ਲੀਟਰ ਦੁੱਧ ਨਾ ਦੇ ਦੇ ਇਨਸ਼ਾਅੱਲਾ, ਤੇ ਇਹਦੇ ਇਹਦੇ ਮੂੰਹ ਤੇ ਪੈਂਦਾ, ਕਿਆ ਬਾਤ, ਨਜ਼ਰ ਤੇ ਪੈਂਦਾ, ਕਿਆ ਬਾਤ, ਪੂਰਾ ਚੁਲਸਤਾਨ ਹੈ, ਆਹ ਚੁਲਸਤਾਨ ਹੈ ਜਿਹੜੀ ਮੈਂ ਕਹਾ ਚੁਗਾ, ਇਹ ਚੁਲਸਤਾਨ ਹੈ, ਲੋਕ ਆਖ ਦਿੰਦੇ ਨੇ, ਬਿਲਕੁਲ ਤੇਰੀ ਸਹੀ ਗੱਲ, ਜਿਹੜਾ ਮਾੜਾ ਜਿਹਾ ਰੰਗ ਬੱਗਾ ਹੋ ਜਾਏਗਾ ਦੇਸੀ ਜੋ ਹੋ ਜਾਏ ਚੁਲਸਤਾਨ, ਚੁਲਸਤਾਨ ਦਾ ਧੁੰਨ ਥੱਲੇ ਨਾ ਲੱਗੇ ਤਾਂ ਆਹ ਮੈਂ ਦੇ ਦਾ, ਆਹ ਧੁੰਨ ਥੱਲੇ ਲੱਗਦਾ, ਧੁੰਨ ਥੱਲੇ, ਬਿਲਕੁਲ ਸਹੀ ਗੱਲ। ਗਾਇਨ ਨੂੰ ਦੱਸ ਦੇ ਕੋਈ ਬਿਮਾਰੀ ਕੋਈ ਮਸਲਾ, ਆਹ ਬਿਮਾਰੀ ਦਾ ਜ਼ਿੰਮੇਦਾਰ ਉਹ ਉੱਥੇ ਦੱਸ, ਉਹ ਜ਼ਿੰਮੇਦਾਰ ਆ, ਕੋਈ ਬਿਮਾਰੀ ਹੋਵੇ ਗਾ ਮੇਰੀ ਇਨਸ਼ਾਅੱਲਾ, ਕਿਸੇ ਕਿਸਮ ਦਾ ਮਸਲਾ ਹੋਵੇ ਅੱਲਾ ਦੇ ਹੁਕਮ, ਠੀਕ ਹੋ ਗਿਆ ਅੱਲਾ ਦੇ ਹੁਕਮ। ਲੋ ਜੀ ਦੋਸਤੋ, ਗਾਇਨ ਐਬ ਹੋਵੇ, ਕਿਸੇ ਕਿਸਮ ਦਾ ਮਸਲਾ ਹੋਵੇ, ਜ਼ਿੰਮੇਦਾਰ ਹੋਵਾਂਗੇ ਇਨਸ਼ਾਅੱਲਾ। ਜ਼ਿੰਮੇਦਾਰ ਦੁੱਧ ਬੋਲੇ ਦੇ ਵਿੱਚ ਤੀਸਰੀ ਚਵਾਈ ਜੀ, 6-7 ਦਿਨ ਤੋਂ ਬਾਅਦ ਜਦੋਂ ਬੋਲੇ ਤੋਂ ਬਾਹਰ ਜਾਏਗੀ, ਅੱਲਾ 20 ਲੀਟਰ ਨੂੰ ਪਹੁੰਚੇਗੀ, ਪਹੁੰਚੇਗੀ। ਲੋ ਜੀ ਦੋਸਤੋ, ਦੁੱਧ ਪਾਏ ਦਾ, ਦੁੱਧ ਨਸੀਬ ਦਾ, ਨਸਲ ਦਾ ਚੰਗੀ, ਢੇਰ ਗਣੀ ਚੰਗੀ, ਜਿਹੜਾ ਇਹਦੀ ਹਿਫਾਜ਼ਤ ਕਰੇਗਾ, ਜਿਹੜਾ ਅੱਛਾ ਖਾਣਾ ਖਵਾਏਗਾ, ਦੁੱਧ ਪਾਏ ਦਾ, ਦੁੱਧ ਨਸੀਬ ਦਾ 20 ਤੋਂ ਟੁੱਟਦੀ ਨਹੀਂ ਇਨਸ਼ਾਅੱਲਾ। ਬਿਮਾਰੀ ਦੀ ਗਰੰਟੀ ਅੱਲਾ ਦੇ ਹੁਕਮ, ਪਿਆਰ ਮੁਹੱਬਤ ਦਾ ਮੁੱਲ ਕਰ, ਪਿਆਰ ਮੁਹੱਬਤ ਦਾ ਮੁੱਲ ਬਸ ਦੇਣ ਵਾਲੀ ਗੱਲ ਕਰ, ਦੇਣ ਵਾਲੀ ਗੱਲ 2,00,000 ਰੁਪਇਆ 75,000, 2,00,000 2,00,000 ਮੇਰੀ ਬੈਠ ਹੀ, 2,75,000 2,00,000 ਫਾਈਨਲ ਤੇ ਪੱਕਾ, ਫਾਈਨਲ ਪੱਕਾ ਅੱਲਾ ਦੇ ਹੁਕਮ ਨਾਲ ਮੇਰੀ ਬੈਠ ਹੀ ਇਤਨੀ, ਜਾ ਤੇਰੇ ਨਾਲ ਪਿਆਰ ਹੋ ਗਿਆ, ਬੈਠ ਜਾਵੇ ਤੇ ਗੁਆਂਢੀ ਗੁਆਂਢੀ ਬਿਮਾਰ ਖਾਨਾ ਦੇਣ ਤੇ ਬੈਠ ਵਾਪਸ, ਠੀਕ ਹੋ ਗਿਆ ਅੱਲਾ, ਜਾ ਇਫਤਖਾਰ ਤੇਰੇ ਨਾਲ ਪਿਆਰ ਹੋ ਗਿਆ, ਟਰੱਕ ਭਰ ਕੇ ਅੱਲਾ, ਠੀਕ ਹੋ ਗਿਆ। ਲਓ ਜੀ ਦੋਸਤੋ, 2,75,000 ਰੁਪਇਆ ਗਾਏ ਦਾ ਮੁੱਲ ਹੈ, ਮੁਨਾਸਬ ਤੇ ਜਾਇਜ਼ ਮੁੱਲ ਹੈ, 2,75,000 ਗਾਏ ਦੇ ਖੁਰਾਂ ਦਾ ਮੁੱਲ ਹੈ, ਕੋਈ ਨਸਲ ਜ਼ਾਤ ਦਾ ਮੁੱਲ ਨਹੀਂ, ਕਿਸੇ ਚੀਜ਼ ਦਾ ਮੁੱਲ ਨਹੀਂ ਹੈ। ਸੋਨਾ ਲੈਣਾ ਤੇ ਮੇਰੇ ਐਨੀਮਲ ਟੀਵੀ ਤੋਂ ਲੈਣਾ, ਪਿੱਤਲ ਲੈਣਾ ਤੇ ਜੱਗ ਸਾਰਾ ਪੈ ਜਿੱਥੋਂ ਮਰਜ਼ੀ ਲੈ ਲੈਣਾ, ਇਹ ਮੇਰੇ ਐਨੀਮਲ ਟੀਵੀ ਦੀ ਆਵਾਜ਼ ਹੈ। ਮਿਆਰ ਚਾਹੀਦਾ, ਮਿਆਰ ਲੈਣਾ ਤੇ ਮੇਰੇ ਐਨੀਮਲ ਟੀਵੀ ਦਾ ਇੰਤਖਾਬ ਕਰਨਾ। ਪਾਕਿਸਤਾਨ ਜ਼ਿੰਦਾਬਾਦ।